ਭੁਲੱਥ ਪੁਲਿਸ ਨੇ ਬੀਤੀ ਰਾਤ 50 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਦਰਅਸਲ ਭੁਲੱਥ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਇੱਕ ਇਨੋਵਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਸੀ, ਜਿਸ ਦੇ ਬਾਅਦ ਇਨੋਵਾ ਕਾਰ ਦੇ ਚਾਲਕ ਨੇ ਗੱਡੀ ਰੋਕਣ ਦੀ ਬਜਾਏ ਸਪੀਡ ਵਧਾ ਦਿੱਤੀ, ਜਿਸ ਦੇ ਬਾਅਦ ਪੁਲਿਸ ਪਾਰਟੀ ਵੱਲੋਂ ਇਨੋਵਾ ਗੱਡੀ ਦਾ ਪਿੱਛਾ ਕੀਤਾ ਗਿਆ ਤਾਂ ਮੁਸਤਾਬਾਦ 'ਚ ਇਨੋਵਾ ਗੱਡੀ ਦੁਰਘਟਨਾਗ੍ਰਸਤ ਹੋ ਗਈ, ਜਿਸ ਦੇ ਬਾਅਦ ਇਨੋਵਾ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਤੇ ਜਦੋਂ ਪੁਲਿਸ ਪਾਰਟੀ ਵੱਲੋਂ ਇਨੋਵਾ ਦੀ ਚੈਕਿੰਗ ਕੀਤੀ ਗਈ ਤਾਂ ਗੱਡੀ 'ਚੋਂ 55 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕੱਲ ਦੁਸਹਿਰੇ ਵਾਲੇ ਦਿਨ ਤਿਉਹਾਰਾਂ ਦੇ ਮੱਦੇਨਜ਼ਰ ਸਪੈਸ਼ਲ ਨਾਕਾਬੰਦੀ ASI ਸੁਰ ਸਿੰਘ ਅਤੇ ਪੁਲਿਸ ਪਾਰਟੀ ਸਮੇਤ ਕਰਵਾਈ ਹੋਈ ਸੀ ਅਤੇ ਬੁੱਧਵਾਰ ਨਾਕਾ ਲਾਇਆ ਹੋਇਆ ਸੀਗਾ ਨਡਾਲਾ ਰੋਡ 'ਤੇ ਅਤੇ ਕੋਈ ਇਨਫੋਰਮੇਸ਼ਨ ਸੀਗੀ ਕਿ ਗੱਡੀ ਇਨੋਵਾ ਗੱਡੀ ਦੇ ਵਿੱਚ ਸ਼ਰਾਬ ਆ ਰਹੀ ਹੈ ਸ਼ਹਿਰ ਪੁਲਿਸ ਦੇ ਵੱਲੋਂ ਅਤੇ ਨਾਕਾਬੰਦੀ ਕੀਤੀ ਸੀ। ਉਹ ਗੱਡੀ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਹੋਰ ਤੇਜ਼ ਕਰ ਲਈ, ਜਦੋਂ ਤੇਜ਼ ਕਰ ਲਈ ਪੁਲਿਸ ਨੇ ਉਸਦਾ ਪਿੱਛਾ ਕੀਤਾ। ਪੁਲਿਸ ਕੋਲ ਇਹਨਾਂ ਨੇ ਆਪਣੇ ਵਹੀਕਲ ਛੋਟੇ ਸੀਗੇ, ਇਸ ਕਰਕੇ ਉਹ ਥੋੜ੍ਹਾ ਫਰਕ ਪਾ ਗਈ। ਜਦੋਂ ਅੱਗੇ ਆ ਕੇ ਇਹਨਾਂ ਦੇਖਿਆ ਤਾਂ ਉਹ ਸੜਕ ਤੋਂ ਥੱਲੇ ਜਿਹੜਾ ਨਾ ਆਪਣਾ ਸੰਤੁਲਨ ਖੋ ਬੈਠੀ ਸੀਗੀ ਅਤੇ ਉਹ ਸੜਕ ਤੋਂ ਥੱਲੇ ਡਿੱਗ ਗਈ। ਜਦੋਂ ਤੱਕ ਪੁਲਿਸ ਪਹੁੰਚੀ ਉਦੋਂ ਤੱਕ ਜਿਹੜੇ ਕਾਰ ਚਾਲਕ ਸੀਗਾ ਇਨੋਵਾ ਚਾਲਕ ਸੀਗਾ PB 30 ਨੰਬਰ ਹੈ ਗੱਡੀ ਦਾ ਹੈਗਾ PB 30D 7500 ਅਤੇ ਉਹ ਤੱਕ ਉਹਦੇ ਵਿੱਚੋਂ ਉਹ ਦੌੜ ਚੁੱਕੀ ਸੀਗੀ। ਗੱਡੀ ਦੇ ਨੰਬਰ ਦੇ ਆਧਾਰ 'ਤੇ ਗੱਡੀ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਅਤੇ ਇਹ ਗੱਡੀ ਦਾ ਨੰਬਰ ਸ਼ਾਇਦ ਪਤਾ ਲੱਗਾ ਮੁਕਤਸਰ ਸਾਈਡ ਦਾ ਵਾ। ਜੋ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਜਾਏਗੀ। ਉਸ ਗੱਡੀ ਦੇ ਵਿੱਚੋਂ 55 ਪੇਟੀਆਂ ਵੱਖ ਵੱਖ ਮਾਰਕੇ ਦੀ ਸ਼ਰਾਬ ਨਿਕਲੀ ਹੈ ਜੋ ਚੰਡੀਗੜ੍ਹ ਵਿੱਚ ਹੀ ਵਿੱਚ ਜਾ ਸਕਦੀ ਹੈ। ਭੁਲੱਥ ਤੋਂ ਮਨਿੰਦਰ ਸਿੰਘ ਦੀ ਰਿਪੋਰਟ, ਦੈਨਿਕ ਸਵੇਰਾ TV। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋਣ ਜਾ ਰਹੀ ਜ਼ਿਮਨੀ ਚੋਣ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਸ਼ਾਮ 4 ਵਜੇ 84.4।